ਤੁਸੀਂ ਕੀ ਸਮਝਦੇ ਹੋ ਕਿ ਹੁਣ ਕੀ ਹੋਵੇ ਤੇ ਤੁਹਾਨੂੰ ਇਨਸਾਫ ਮਿਲੇਗਾ? ਅਸੀਂ ਇਹ ਆਣੇ ਵੀ ਸਾਨੂੰ ਕਵਰ ਕਿਸ਼ੇ ਦੇ ਆਰਡਰ ਦਿੱਤੇ ਜਾਣ, ਜਿਹੜਾ ਜਲਦ ਤੋਂ ਜਲਦ ਸਾਨੂੰ ਇਨਸਾਫ ਮਿਲੇ। ਡਾਕਟਰ ਨਾ ਵਿਕੇ ਤੇ ਫਿਰ ਸਾਨੂੰ ਸਾਫ ਜ਼ਰੂਰ ਮਿਲੇਗਾ। ਹਾਂ, ਹੋ ਸਕਦਾ ਅੱਜ ਕੱਲ ਪੈਸੇ ਨਾਲ ਕੀ ਨਹੀਂ ਖਰੀਦ ਸਕਦੇ, ਪੈਸੇ ਨਾਲ ਹਰ ਬੰਦਾ ਹੀ ਖਰੀਦ ਲੈਂਦਾ, ਪਰ ਅਸੀਂ ਨਹੀਂ ਡਾਕਟਰ ਖਰੀਦ ਸਕਦੇ। ਜੇ ਉਹਨਾਂ ਖਰੀਦ ਲੈ ਤੇ ਸ਼ਾਇਦ ਡਾਕਟਰ ਵਿਕ ਜਾਣ। ਉਹ ਮੇਰੀ ਆਪੀ ਉਹਨਾਂ ਨੇ ਮਾਰੀ ਹੈ। ਆਪੀ ਦਾ ਨਾਮ ਕੀ ਥਾ? आपी शहजादी। दुल्हन बनी देखी थी आपने? देखी थी। प्यारी लग रही थी? हाँ जी। कितनी को प्यारी लग रही थी? बहुत प्यारी लग रही थी। न्यूज़ टुडे की वीडियोस देखने के लिए हमारा चैनल सब्सक्राइब कीजिए। नाजरीन, दूल्हा दुल्हन रात को सोए और सुबह मुर्दा हालत में पाए गए, खुशियां जो थी वो महत्तम में बदल गई। दुल्हन का भाई मेरे साथ मौजूद है जो आज भी इंसाफ का मुंतजर है और 3 माह से ज्यादा टाइम गुजर गया। इनसे जानेंगे कि ये आज क्या कहते हैं। अस्सलाम वालेकुम। वालेकुम सलाम। इमरान भाई, आज आपकी बहन को दुनिया से गए 3 माह से टाइम ज्यादा गुजर गया। शहजादी जैसी आपकी बहन और आपका जिससे आपने शादी की वो भी आपका भाई था, आपका बड़ा प्यार था, क्या कहते हैं कि इंसाफ मिल पाएगा? नहीं, इंसाफ जज साड़ी गल नहीं सुनता। ये जज हुण वेखो 1.5 महीने तरीक जज ने पाई थी, हुण 4 दिन आया है सानू ने इह तरीक, इन्होंने साड़ी 5 तरीक पाई थी। पहली साड़ी जिहड़ी आखिरी तरीक हुण साड़ी लंघी उह 22 सी, ते 22 तरीक तो बाद ना मैं 7 महीने दी 22 तरीक सी, उन्होंने 9 महीने की 5 तरीक की सानू तरीक दी। तुसी की समझते हो कि हुण की होवे ते तुहानू इंसाफ मिलेगा? असीं इह आणे वी सानू कवर कशे दे आर्डर दिते जाण, जिहड़ा जल्द तों जल्द सानू इंसाफ मिले। उस तो बाद फिर पोस्टमार्टम कराना? हां जी, पोस्टमार्टम कराना। इस वास्ते तो कवर कशे दुरा दित्ती पोस्टमार्टम वास्ते। ਤੁਹਾਨੂੰ ਲੱਗਦਾ ਕਿ ਕਬਰ ਕਸ਼ਾਈ ਤੋਂ ਬਾਅਦ, ਪੋਸਟਮਾਰਟਮ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਏਗਾ ਕਿ ਸਾਡੀ ਭੈਣ ਨਾਲ ਜਿਹੜਾ ਉਹ ਜ਼ੁਲਮ ਕੀਤਾ ਗਿਆ? ਜੇ ਉਹ ਸਹੀ ਕਰਾਂਗੇ ਤਾਂ ਫਿਰ ਤਾਂ ਇਨਸ਼ਾਅੱਲਾ ਸਾਨੂੰ ਜ਼ਰੂਰ ਮਿਲੇਗਾ, ਕਿਉਂਕਿ ਜੇ ਉਹਨਾਂ ਨੂੰ ਖਰੀਦ ਲਿਆ ਉਹ ਤਾਂ ਖਰੀਦਣ ਯੋਗ ਨੇ, ਅਸੀਂ ਨਹੀਂ ਖਰੀਦ ਸਕਦੇ ਡਾਕਟਰ। ਜੇ ਡਾਕਟਰਾਂ ਨੂੰ ਖਰੀਦ ਲਿਆ ਤਾਂ ਸਾਨੂੰ ਤਾਂ ਕੀ ਪਤਾ, ਡਾਕਟਰ ਵੀ ਵੇਖ ਜਾਣ ਸਾਨੂੰ ਨਾ ਇਨਸਾਫ ਮਿਲੇ ਵਿੱਚੋਂ। ਤੁਹਾਡੀ ਭੈਣ ਇਸ ਕਬਰਸਤਾਨ ਦੇ ਵਿੱਚ ਉਹਦੀ ਤਦਫੀਨ ਹੋਈ ਹੈ, ਤੁਸੀਂ ਇੱਥੋਂ ਗੁਜ਼ਰਦੇ ਹੋ, ਭੈਣ ਦੀ ਯਾਦ ਆਉਂਦੀ ਹੈ, ਕੀ ਫੀਲ ਹੁੰਦਾ ਇੰਨੇ ਦਿਨ ਗੁਜ਼ਰ ਗਏ ਨੇ? ਸਾਨੂੰ ਤਾਂ ਇਹ ਖੋ ਪੈਂਦੀ ਹੈ ਤੋਂ ਲੰਘਣੇ ਦਾ, ਸਾਨੂੰ ਇੰਜ ਵੀ ਲੱਗਦਾ ਸਾਡੀ ਭੈਣ ਅੰਜ ਵੀ ਸਾਡੇ ਨਾਲ ਏ। ਸਾਨੂੰ ਇਹ ਦੁੱਖ ਹੁੰਦਾ ਹੈ ਵੀ ਸਾਡੇ ਨਾਲ ਜਿੰਨਾ ਇੰਜ ਕੀਤਾ ਅਸੀਂ ਉਹਨਾਂ ਨੂੰ ਨਾ ਜ਼ਰੂਰ ਸਜ਼ਾ ਦਵਾਈਏ। ਅੱਜ ਵੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਭੈਣ ਦੁਨੀਆ ਤੋਂ ਚਲੀ? ਸਾਨੂੰ ਅੱਜ ਵੀ ਨਹੀਂ ਲੱਗਦਾ ਵੀ ਸਾਡੀ ਭੈਣ ਫੌਤ ਹੋਈ, ਸਾਨੂੰ ਅੱਜ ਵੀ ਇੰਜ ਲੱਗਦਾ ਸਾਡੀ ਭੈਣ ਜਿਵੇਂ ਸਾਡੇ ਨਾਲ ਏ। ਔਰ ਇਨਸਾਫ ਦੇ ਮੁੰਤਜ਼ਰ ਹੋ? ਸਾਨੂੰ ਇਹ ਵੀ ਸ਼ਾਇਦ ਖਿਤਾਬ ਸਾਡਾ ਜੱਜ ਏ, ਸਾਡੀ ਉਹ ਗੱਲ ਨਹੀਂ ਸੁਣਦੇ। ਸਾਡੀਆਂ 5-6 ਤਰੀਕਾਂ ਸਾਡੀਆਂ ਪਾਏ ਦੀਆਂ, ਹੁਣ ਫਿਰ ਤਰੀਕ ਪਈ ਏ, ਸਾਨੂੰ ਜੱਜ ਕਿਸੇ ਗੱਲ, ਸਾਨੂੰ ਜੱਜ ਕੁਛ ਦੱਸਦਾ ਹੀ ਨਹੀਂ। ਜਦੋਂ ਵੀ ਜਾਣੇ ਰੀਡਰ ਕੋਲ ਜਾਂਦੇ ਹਾਂ, ਰੀਡਰ ਕਹਿੰਦਾ ਜੀ ਲਓ ਜੀ ਅੱਜ ਫਲਾਨੀ ਸ਼ੈ ਨਹੀਂ ਆਈ, ਅੱਜ ਫਲਾਨੀ ਸ਼ੈ ਨਹੀਂ ਆਈ, ਚਲੋ ਜੀ ਤਰੀਕ ਪਵਾ ਲਓ। ਜੱਜ ਸਾਹਿਬ ਨੇ ਤਾਂ ਕਾਨੂੰਨ ਦੇ ਮੁਤਾਬਕ ਚੱਲਣਾ ਹੈ, ਹਾਲੇ ਵੀ ਟਾਈਮ ਏ, ਹੋ ਸਕਦਾ ਜੱਜ ਸਾਹਿਬ ਤੁਹਾਨੂੰ ਇਨਸਾਫ ਦੇ ਪਾਣ, ਹਾਲੇ ਤੁਹਾਨੂੰ ਉਮੀਦ ਹੈਗੀ ਕਿ ਨਹੀਂ? ਮੈਂ ਜੋ ਸਾਡੇ ਹਾਲਾਤ ਜਾ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਇਨਸਾਫ ਮਿਲੇ ਹਕੂਮਤ ਕੋਲੋਂ, ਪਰ ਸਾਨੂੰ ਜੇ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਅਸੀਂ ਇਤਜਾਜ ਜ਼ਰੂਰ ਕਰਾਂਗੇ, ਇਤਜਾਜ ਅਸੀਂ ਕਰਨਾ ਹੀ ਕਰਨਾ। ਜੇ ਸਾਨੂੰ ਕੁਛ ਮਿਲ ਗਿਆ ਜਾਂ ਸਾਨੂੰ ਜੱਜ ਨੇ ਆਰਡਰ ਦੇ ਤੇ ਫਿਰ ਅਸੀਂ ਕਿਉਂ ਕਰਨਾ? ਅਗਰ ਕਬਰ ਕਸ਼ਾਈ ਹੋ ਜਾਵੇ ਤੇ ਤੁਹਾਨੂੰ ਅੰਦਾਜ਼ਾ ਹੈਗਾ ਕਿ ਇਨਸਾਫ ਮਿਲ ਪਾਏਗਾ? ਫਿਰ ਤਾਂ ਸਾਨੂੰ ਇਨਸਾਫ, ਜੇ ਡਾਕਟਰ ਨਾ ਵਿਕੇ ਤਾਂ ਫਿਰ ਸਾਨੂੰ ਇਨਸਾਫ ਜ਼ਰੂਰ ਮਿਲੇਗਾ। ਹਾਂ, ਹੋ ਸਕਦਾ ਅੱਜ ਕੱਲ੍ਹ ਪੈਸੇ ਨਾਲ ਕੀ ਨਹੀਂ ਖਰੀਦ ਸਕਦੇ, ਪੈਸੇ ਨਾਲ ਹਰ ਬੰਦਾ ਹੀ ਖਰੀਦ ਲੈਂਦਾ, ਪਰ ਅਸੀਂ ਨਹੀਂ ਡਾਕਟਰ ਖਰੀਦ ਸਕਦੇ। ਜੇ ਉਹਨਾਂ ਖਰੀਦ ਲੈ ਤੇ ਸ਼ਾਇਦ ਡਾਕਟਰ ਵਿਕ ਜਾਣ, ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਦੇ ਇੱਕ ਅਸੀਂ ਆਪ ਕਰਾਵਾਂਗੇ ਪ੍ਰਾਈਵੇਟ, ਤੇ ਇੱਕ ਮਕਸਦ ਵੀ ਸਰਕਾਰੀ ਪ੍ਰਾਈਵੇਟ। ਚਲੇ ਦੇਖਦੇ ਹਾਂ ਜੀ, ਆਪਕੋ ਇਨਸਾਫ ਮਿਲ ਪਾਤਾ ਹੈ ਜਾਂ ਨਹੀਂ ਮਿਲ ਪਾਤਾ। नाजरीन, ये छोटा सा बच्चा है, ये भी कहता है कि मैं कुछ कहना चाहता हूँ, इनसे भी जानेंगे कि ये क्या कहता है। हाँ जी, क्या नाम है आपका? मेरा नाम जैन है। जैन, क्या कहते हो यार? वो मेरी आपी उन्होंने मारी है। आपी का नाम क्या था?
आपी शहजादी दुल्हन बनी देखी थी आपने? जी देखी थी। जब दुल्हन बनी थी देखी थी? देखी थी। प्यारी लग रही थी? हाँ जी। कितनी को प्यारी लग रही थी? बहुत प्यारी लग रही थी। बहन की याद आती है आपको? जी बहुत आती है। अच्छी। अच्छा, आप छोटे से बच्चे हैं तो आपको क्या लगता है कि उनको मारा गया? जहर दी गई है। जहर दी गई है? किसने आपको कहा जहर दी गई है? मैं उधर था। तो आपको पता चल गया कि जहर दी गई है? जी। कैसे पता चला? आपको डॉक्टर हैं? आप तो छोटे से बच्चे हैं, आपको कैसे पता चला कि जहर दी गई है? किन्ने क्या के जहर दिती गई है? तेरे दिल ने क्या? अच्छा हुन तेरी आपी दी, तेरी भैन दी याद आंदी तेनु? हां जी बहुत आंदी। की दिल चांदा है? वे जहर दिती ना। जुल्म कीता है? हां जी। ते की होना चाहिए? इंसाफ मिलना चाहिए। इंसाफ मिलना चाहिए। नाजरीन, ये छोटा सा बच्चा है कि एज देख लें और इसके जज्बात और एहसासात देख लें कि मुझे मेरी बहन की याद आती है और इंसाफ मिलना चाहिए। इसी तरह पूरा गांव जो है वो इंसाफ का मुंतजर है। तुसी की समझते हो कि हुण की होवे ते तुहानू इंसाफ मिलेगा? असीं इह आणे वी सानू कवर के शायद आर्डर दिते जाण जिहड़ा जल्द तों जल्द सानू इंसाफ मिले। डाक्टर ना विके ते फिर सानू इंसाफ जरूर मिलेगा। हाँ, हो सकता है अजकल पैसे ना की नहीं खरीद सकते, पैसे ना हर बंदा ही खरीद लैंदा, पर असीं नहीं डाक्टर खरीद सकते। जे उन्हें खरीद लै ते शायद डाक्टर विक जाण। वो मेरी आपी उन्होंने मारी है। आपी का नाम क्या था? आपी शहजादी। आपी शहजादी। दुल्हन बनी देखी थी आपने? देखी थी। प्यारी लग रही थी? हाँ जी। कितनी को प्यारी लग रही थी? बहुत प्यारी लग रही थी।